ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ। ਵੇਖ ਰਹੇ ਤੁਸੀਂ ਆਪਣਾ ਕਰਨਾਣਾ ਚਾਹਣਾ ਤਾਂ ਮੈਂ ਤੁਹਾਡਾ ਮੇਜ਼ਬਾਨ ਬਲਾਲ ਅਜ਼ਮਤ। ਪ੍ਰੋਗਰਾਮ ਵਾਸਤੇ ਰੋਜ਼ਾਨਾ ਦੀ ਨਵੀਂ ਤੇ ਨਵੀਂ ਵੀਡੀਓ ਲੈ ਕੇ ਆਵੇ ਤਾਂ ਇਨਸ਼ਾਅੱਲਾ ਉਮੀਦ ਕਰਦੇ ਹਾਂ ਵੀਡੀਓ ਨੂੰ ਪਸੰਦ ਵੀ ਕਰਦੇ ਹੋ, ਲਾਈਕ ਵੀ ਕਰਦੇ, ਸ਼ੇਅਰ ਵੀ ਕਰਦੇ ਹੋ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾ ਲੈਣਾ ਤਾਂ ਸਾਡੀ ਹਰ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਜਿਹੜੀ ਤੁਹਾਡੇ ਤੱਕ ਬਸ ਆਨੇ ਪਹੁੰਚ ਸਕੇ। ਲਓ ਜੀ, ਵੀਡੀਓ ਅਸੀਂ ਵੀ ਬਣਾਉਣ ਲੱਗੇ ਹਾਂ, ਬਸ ਸਿਲਸਿਲੇਵਾਰ ਵੀਡੀਓ ਹੈ। ਵਾਰ ਹੈ ਸੋਮਵਾਰ, ਤਰੀਕ 18 ਨਵੰਬਰ 2024, ਜ਼ਿਲ੍ਹਾ ਤਹਿਸੀਲ ਗੁਜਰਾਤ, ਪਿੰਡ ਦਿੱਤਿਆਲ ਚੇਚੀਆਂ। ਇਹ ਸ਼ਾਮ ਗੁਜਰ ਸਾਹਿਬ ਵੀਡੀਓ, ਮਾਸ਼ਾਅੱਲਾ ਗੁਜਰ ਸਾਹਿਬ ਨਾਲ ਚਾਰ ਮੱਝਾਂ ਲੈਣੀਆਂ ਵੀਡੀਓ 'ਤੇ। ਬਾਕੀ ਜਿਹੜੀ ਗੱਲਬਾਤ ਨਾ ਉਹ ਗੁਜਰ ਸਾਹਿਬ ਨਾਲ ਕਰ ਲੈਂਦੇ ਹਾਂ ਕਿ ਮੱਝਾਂ ਚਾਰ ਆਉਂਦੀਆਂ ਨੇ ਜਾਂ ਮੱਝਾਂ ਅੱਧੀਆਂ ਜ਼ਿਆਦਾ ਜੋ ਸੇਲ ਹੋ ਗਈਆਂ ਨੇ, ਸਾਰੀ ਗੱਲਬਾਤ ਨੇ ਜਿਹੜੀ ਉਹ ਗੁਜਰ ਸਾਹਿਬ ਨਾਲ ਕਰ ਲੈਂਦੇ ਹਾਂ। ਪਰ ਵਾਲੀ ਜਿਹੜੀਆਂ ਚਾਰ ਮੱਝਾਂ ਆਉਣਦੀਆਂ ਨਾ, ਇਹ ਚਾਰੇ ਮੱਝਾਂ ਭਰਾਵਾਂ ਤਸੱਲੀ ਨਾਲ ਵੇਖ ਲੈਣੀਆਂ ਨੇ, ਮਾਸ਼ਾਅੱਲਾ ਨਯਾਬ ਮੱਝਾਂ ਆਉਣਦੀਆਂ। ਬਾਕੀ ਅੱਲਾਹ ਪਾਕ ਖੈਰ ਕਰੇ, ਗੁਜਰ ਸਾਹਿਬ ਕੋ ਪੁੱਛ ਲੈਂਦੇ ਅਤੇ ਮਾਇਦ ਉੱਤੇ ਜਾ ਫਿਰ ਗੱਲ ਕਰਾਂਗੇ ਸਾਰੀ ਗੱਲਬਾਤ। ਆਓ ਜੀ, ਗੁਜਰ ਸਾਹਿਬ ਵੀਡੀਓ ਸ਼ੁਰੂ ਕਰੀਏ। ਅਸਲਾਮ ਅਲੈਕਮ। ਵਾਲੇਕਮ ਸਲਾਮ ਬਲਾਲ ਸਾਹਿਬ, ਸੁਣਾਓ ਕੀ ਹਾਲ ਨੇ ਜੀ? ਅੱਲਾਹ ਦਾ ਸ਼ੁਕਰ ਠੀਕ ਠਾਕ, ਤੁਸੀਂ ਸੁਣਾਓ? ਬੜਾ ਅੱਲਾਹ ਪਾਕ ਦਾ ਕਰਮ, ਮਾਸ਼ਾਅੱਲਾ। ਗੁਜਰ ਸਾਹਿਬ ਕਿੰਨੀਆਂ ਮੱਝਾਂ ਆਉਂਦੀਆਂ ਨੇ ਬਲਾਲ? ਪੰਜ ਹੀ ਮੱਝਾਂ ਆਈਆਂ, ਤੁਹਾਨੂੰ ਪਤਾ ਕੱਲ ਸ਼ਾਦੀ ਸਾਡੀ ਜੀ। ਸ਼ਾਦੀ ਠੀਕ ਹੈ, ਠੀਕ ਹੈ, ਤੂੰ ਵੀ ਉੱਥੇ ਜਾ ਜੀ? ਉੱਥੇ ਹੀ ਹੈ ਤੇ ਫਿਰ ਮਾਲ ਲੈਣ ਤੇ ਨਹੀਂ ਜਾਣ ਹੁੰਦਾ ਜੀ? ਇਹ ਤੇ ਗੱਲ ਹੈ ਤੇ ਇੱਕ ਮੱਝ ਵਿਕੀ ਹੈ ਜੀ, ਉਹ ਗਈ ਹੈ ਸਾਧ ਹੋ ਗਈ, ਠੀਕ ਹੋ ਗਿਆ, ਠੀਕ ਹੈ। ਬਾਕੀ ਚੌ ਮੱਝਾਂ ਦਾ ਰੇਟ ਲਾਣਾ? ਚੌ ਮੱਝਾਂ ਦਾ ਰੇਟ ਲਾਣਾ ਜੀ, ਮੱਝਾਂ ਦੇ ਚਾਰੇ ਭਰਾਵਾਂ ਨੂੰ ਹਾਨੇ, ਇਨਸ਼ਾਅੱਲਾ ਤਾਲਾ ਤਬੀਅਤ ਰਾਜ਼ੀ ਹੋਵੇ ਜੀ। ਅੱਲਾ ਦੇ ਹੁਕਮ ਨਾਲ ਕਰੀਏ ਸ਼ੁਰੂ ਜੀ। ਕਰੋ, ਲਿਆਓ ਜੀ ਮਾਝ ਨੰਬਰ ਇੱਕ ਲਿਆਓ। ਲਓ ਜੀ, ਮਾਝ ਨੰਬਰ ਆ ਗਈ ਇੱਕ, ਮਾਸ਼ਾਅੱਲਾ ਜੀ, ਚਾਰ ਮੱਝਾਂ ਨੇ, ਚਾਰੇ ਮੱਝਾਂ ਭਰਾਵਾਂ ਨੇ, ਤਸੱਲੀ ਨਾਲ ਵੇਖ ਲੈਣੀਆਂ ਨੇ। ਗੁਜਰ ਸਾਹਿਬ ਕੀ ਸਵਾਲ ਆਇਆ ਮਾਏ ਨੇ? ਲਾਲ ਪਹਿਲਾ ਸਵਾਲ ਆਇਆ ਝੋਟੀ ਨੇ ਚੋਗੀ ਮੂੰਹ ਵਿੱਚ। ਲਓ ਜੀ, ਪਹਿਲਾ ਸਵਾਲ ਆਇਆ ਝੋਟੀ ਨੇ ਮੂੰਹ ਚ ਹੋਵੇ ਜੀ ਚਾਰ ਦੰਦ, ਚਾਰ ਦੰਦ ਤੇ ਝੋਟੀ ਹੈ ਨਾ ਜਿਹੜੀ, ਉਹ ਜ਼ਰਾ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀ ਲੈਣੀ ਹੈ ਬਲਾਲ, ਝੋਟੀ ਦਾ ਗੰਢ ਜੋੜ। ਮਾਸ਼ਾਅੱਲਾ ਗੁਜਰ ਸਾਹਿਬ, ਪਹਿਲਾ ਸਵਾਲ ਆਇਆ ਤੂੰ ਮੂੰਹ ਚ ਹੋਏ ਚਾਰ ਦੰਦ, ਕਿੰਨੇ ਦਿਨਾਂ ਦੀ ਸੂਈ ਹੈ ਬਲਾਲ? ਸੂਈ ਨੂੰ ਅੱਜ ਕੋਈ 4 ਦਿਨ ਹੋ ਗਏ ਨੇ, 4 ਦਿਨ ਹੋ ਗਏ ਨੇ, 5 ਸੂਈ ਨੂੰ ਮਗਰ ਪਿੱਛੇ ਆ ਕੱਟੀ ਹੈ, ਮਗਰ ਕੱਟੀ ਹੋਵੇ ਦੀ ਜੀ। ਮਾਸ਼ਾਅੱਲਾ, ਕੀ ਬਾਤ ਹੈ ਜੀ, ਜ਼ਿੰਦਾਬਾਦ। ਲੋ ਜੀ, ਇਨਸ਼ਾਅੱਲਾ ਤਾਲਾ ਬਲਾਲ ਭਾਈ ਜੀ, ਗੁਜਰ ਸਾਹਿਬ ਨੇ ਦੇਣੇ ਨਸੀਬ ਨੇ ਜਿਹੜਾ ਭਰਾ ਝੋਟੀ ਲੈ ਗਿਆ ਨਾ। ਅੱਛਾ, ਕਦੇ ਸਾਰੀ ਜ਼ਿੰਦਗੀ ਨਮਾਜ਼ ਪੜ੍ਹ ਕੇ ਦੁਆ ਦੇ ਦੇ। ਕੀ ਬਾਤ ਹੈ ਜੀ, ਮਾਸ਼ਾਅੱਲਾ, ਪਹਿਲਣ ਹੋ ਕੇ ਸੋਹਣਾ ਗੁੱਲਾ ਕੱਢਿਆ ਤੂੰ ਮੁੱਠ ਮੁੱਠ ਦਾ, ਰੋਕ ਰੋਕ ਦਾ ਗੁੱਲਾ ਤੇ ਮਰਲੇ ਮਰਲੇ ਦੀ ਵੰਡ। ਕੀ ਬਾਤ ਹੈ ਜੀ, ਮਾਸ਼ਾਅੱਲਾ। ਬਾਕੀ ਇੱਕ ਵਾਰੀ ਝੋਟੀ ਦੀ ਸ਼ਕਲ ਪੂਰੀ ਤਸੱਲੀ ਕਰਵਾਣੀ ਹੈ ਝੋਟੀ ਦੀ ਭਰਾਵਾਂ ਨੂੰ। ਮੈਂ ਕਹਿੰਦਾ ਅੱਲਾ ਮੇਰੇ ਦੇ ਹੁਕਮ ਨਾਲ ਬਲਾਲ, ਜਿੰਨੀ ਵੀ ਤਾਰੀਫ ਕਰੀਏ ਨਾ ਇਹਦੀ ਜੀ ਗੁਜਰ ਸਾਹਿਬ ਉਹ ਥੋੜੀ ਹੈ। ਕੀ ਬਾਤ ਹੈ, ਸਮਝ ਰਲੀ ਨਾ? ਮਾਸ਼ਾਅੱਲਾ, ਲੈਣੇ ਦੇਣੇ ਬਹੁਤ ਨੇ, ਰਜਣਾ ਸਾਵਾਂ ਨਾਲ ਜੀ, ਸਾਵਾਂ ਠੀਕ ਹੈ। ਜ਼ਿੰਦਾਬਾਦ ਗੁਜਰ ਸਾਹਿਬ। ਬਲਾਲ ਜੀ, ਇਨਸ਼ਾਅੱਲਾ ਤਾਲਾ ਥੱਲੇ ਬੈਠੇ ਆ, ਮੱਝ ਸਾਡੀ ਰਾਜ਼ੀ ਕਰ ਸੜੇ ਦੀ। ਕੀ ਬਾਤ ਹੈ ਜੀ, ਮਾਸ਼ਾਅੱਲਾ। ਅੱਛਾ ਗੁਜਰ ਸਾਹਿਬ, ਮਾਈ ਕੋਲ ਇਸ ਟਾਈਮ ਕਿੰਨਾ ਕੋਈ ਬੋਲਾ? ਬਲਾਲ ਅੱਜ ਪੰਜਵਾਂ ਦਿਨ ਨੇ ਝੋਟੀ ਸੂਈ ਨੂੰ ਜੀ, ਇਸ ਟਾਈਮ ਹਾਜ਼ਰ ਜਿਹੜਾ ਬੋਲਾ ਹੋਵੇ ਤਾਂ ਸਾਡੀ ਝੋਟੀ ਥੱਲੇ ਇੱਕ ਥਣ ਕੱਟੀ ਨੂੰ ਦੇ ਕੇ 14 ਕਿਲੋ ਹੋਵੇਗਾ। ਇੱਕ ਥਣ ਕੱਟੀ ਨੂੰ ਦੇ ਲੈਣਾ 3 ਥਣਾਂ ਦਾ 14 ਕਿਲੋ, ਕੋਈ ਵੀ ਭਰਾ ਅਪਣਾਣ ਕੇ ਬੋਲਾ ਪੂਰਾ ਕਰ ਸਕਦਾ ਹੈ। ਸਲੀਆਂ ਕਰੇ ਫਿਰ ਵੱਖੀ ਵੇਖਣੀ ਹੈ, ਇੱਥੇ ਦੀ 2 ਉਂਗਲਾਂ। ਕੀ ਬਾਤ ਹੈ ਜੀ, ਮਾਸ਼ਾਅੱਲਾ, ਨੀਰੀ ਵੱਖੀ ਨਹੀਂ, ਮਾਸ਼ਾਅੱਲਾ, ਪੁੱਠਾ ਚੰਗਾ, ਥਣ ਸੋਹਣਾ, ਲਿਬਾਸ ਚੰਗਾ। ਮੈਂ ਕਹਿੰਦਾ ਧੋਨੀ ਤੂੰ ਲੈ ਕੇ ਸਾਰ ਤੱਕ। ਅੱਲਾ ਮੇਰੇ ਦੇ ਹੁਕਮ ਨਾਲ ਬਲਾਲ ਭਾਈ ਜਿਹੜਾ ਭਰਾ ਲੈ ਗਿਆ ਨਾ ਜੀ ਗੁਜਰ ਸਾਹਿਬ, ਇਨਸ਼ਾਅੱਲਾ ਤਾਲਾ ਯਾਦਗਿਰੀ ਵਾਲੀ ਸ਼ਾਇਦ। ਕੀ ਬਾਤ ਹੈ ਜੀ, ਮਾਸ਼ਾਅੱਲਾ। ਗੁਜਰ ਸਾਹਿਬ ਕੀ ਮੁੱਲ ਹੈ ਮਾਏ ਨੰਬਰ ਇੱਕ ਦਾ? ਬਲਾਲ ਮੁੱਲ ਕਰੀਏ ਨਾ ਝੋਟੀ ਦਾ ਜੀ, ਤੇ ਭਾਵੇਂ 7 ਲੱਖ ਵੀ ਕਰ ਸੜੀਏ, ਕਿਹੜਾ ਕਿਸੇ ਬੰਦੇ ਮੂੰਹ ਫੜਨਾ? ਅੱਛਾ ਠੀਕ ਹੈ, ਲੇਕਿਨ ਜਿਹੜੇ ਭਰਾ ਨੂੰ ਝੋਟੀ ਪਸੰਦ ਆਈ ਨਾ ਜੀ ਗੁਜਰ ਸਾਹਿਬ, ਵਾਕਿਆਤ ਵੇਖ ਕੇ, ਆਲੇ ਦੁਆਲੇ ਨੂੰ ਵੇਖ ਕੇ, ਮੁੱਲ ਸੁਣ ਕੇ, ਠੀਕ ਹੈ, ਜਿਹੜੇ ਵੀਰ ਨੂੰ ਪਸੰਦ ਆਈ ਨਾ, 5,40,000 ਦੀ ਮਾਝ ਨੰਬਰ 1 ਇਨਸ਼ਾਅੱਲਾ ਤਾਲਾ ਜੀ ਆਨ ਦੀ ਰਿਕਾਰਡ ਪਿਆ ਗੱਲ ਕਰਨਾ। ਅੱਛਾ, ਮੇਰੀ ਝੋਟੀ ਮੈਲ ਸ਼ੈਲ ਤੂੰ ਸਾਫ ਹੋ ਕੇ, ਪਹਿਲਣ ਹੋ ਕੇ, 18-20 ਸਿਰਦੋਦ ਨਾ ਕਰੇ, ਮੈਂ ਜਵਾਬਦਾਰ ਹੋਵਾਂਗਾ 15 ਦਿਨਾਂ ਬਾਅਦ। ਕੀ ਬਾਤ ਹੈ ਜੀ, ਮਾਸ਼ਾਅੱਲਾ, ਜ਼ਿੰਦਾਬਾਦ ਗੁਜਰ ਸਾਹਿਬ। ਅੱਗੇ ਲਿਆਓ ਜੀ ਮਾਝ ਨੰਬਰ 2। ਲਓ ਜੀ, ਮਾਝ ਨੰਬਰ ਅੱਗੇ ਆ ਗਈ ਜੀ 2।
ਮਾਸ਼ਾਅੱਲਾ ਜੀ, ਇਹ ਵੀ ਮਾਝ ਤੇਰਾ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀ। ਇਨਸ਼ਾਅੱਲਾ ਤਾਲਾ ਚਾਰ ਹੀ ਮੱਝਾਂ ਨੇ ਜੀ, ਇਨਸ਼ਾਅੱਲਾ ਤਾਲਾ। ਵੇਖੋ ਜੀ, ਲੈਣੇ ਦੇਣੇ ਤੋਂ ਨਾ ਨਸੀਬ ਜੀ, ਨਸੀਬ ਹੁੰਦੇ ਇਨਸ਼ਾਅੱਲਾ ਤਾਲਾ ਭਰਾਵਾਂ ਨੂੰ ਮਜ਼ਾ ਆਵੇ ਦਾ। ਕੀ ਬਾਤ ਹੈ ਮਾਸ਼ਾਅੱਲਾ। ਗੁਜਰ ਸਾਹਿਬ ਕੀ ਸਵਾਲ ਆਇਆ ਮਾਝ ਨੇ? ਲਾਲ ਦੂਜਾ ਸਵਾਲ ਆਇਆ ਝੋਟੀ ਨੇ। ਲੋ ਜੀ, 18 ਤੋਂ 20 ਦਿਨ ਹੋ ਗਏ ਨੇ ਸੂਈ ਨੂੰ, 18 ਤੋਂ 20 ਦਿਨ ਹੋ ਗਏ ਨੇ ਸੂਈ ਨੂੰ, ਮਗਰ ਮਾਝ ਦੇ ਕੱਟਾ ਮੈਲ ਜਿਹੜੀ ਉਹ ਮਾਝ ਨੇ ਸੱਜ ਦਰੀ ਹੈ ਜੀ। ਬਿਲਕੁਲ ਅਲਹਮਦੁਲਿਲਾ ਸਾਫ਼ ਹੈ। ਤੇ ਫਿਰ ਜਿਹੜਾ ਚੁਆ ਲੱਗੇ ਆ ਨਾ ਬਲਾਲ ਮਾਝ ਨੂੰ ਜੀ, ਹਕੀਕਤ ਗੱਲ ਹੈ ਆਰ ਮਾਝ ਨੂੰ ਚੁਆ ਨਹੀਂ ਹੁੰਦਾ। ਕੀ ਬਾਤ ਹੈ ਜੀ, ਮਾਸ਼ਾਅੱਲਾ। ਲੋ ਜੀ, ਝੋਟੀ ਦੀ ਆਇਤ ਵਹਾਣੀ ਹੈ, ਲੰਬਾਈ ਵਹਾਣੀ ਹੈ, ਖੁੱਡਾ ਤੇ ਖੁੱਡਾ ਥਣ ਤੇ ਲਬਾਸ ਪੂਰੀ ਤਸੱਲੀ ਨਾਲ ਝੋਟੀ ਭਰਾਵਾਂ ਨੇ ਵੇਖ ਲੈਣੀ ਹੈ। ਰੋਗ ਰੋਗ ਦਾ ਥਣ ਲੱਗਿਆ ਉਹਦਾ ਮਾਝ ਨੂੰ, ਤੇ ਬਾਕੀ 17 ਤੋਂ 18 ਦਿਨਾਂ ਦੀ ਮਾਝ ਸੂਈ ਹੋਵੇ ਜੀ, ਮੈੜਾ ਜਿਹੜਾ ਮਾਝ ਦਾ ਸਾਫ਼ ਹੋਵੇ ਦਾ। ਲਾਲ ਅੱਲਾ, ਮੇਰੇ ਦੇ ਹੁਕਮ ਨਾਲ 2 ਫੁੱਟ ਚੈੜਾ ਲਬਾਸ ਹੈ ਮਾਝ ਕੋਲ। ਕੀ ਬਾਤ ਹੈ ਗੁਜਰ ਸਾਹਿਬ, ਆਪ ਕਿਹੜਾ ਨਿੱਕੀ ਹੈ। ਮੈਂ ਕਹਿੰਦਾ ਅੱਲਾ ਦੇ ਹੁਕਮ ਨਾਲ ਬਲਾਲ ਜੀ, ਜਿਹੜਾ ਭਰਾ ਮਾਝ ਲੈ ਗਿਆ ਨਾ, ਅੱਛਾ ਇਨਸ਼ਾਅੱਲਾ ਤਾਲਾ ਸਾਰੀ ਜ਼ਿੰਦਗੀ ਦੁਆ ਦੇ। ਕੀ ਬਾਤ ਹੈ ਜੀ, ਮਾਸ਼ਾਅੱਲਾ। ਗੁਜਰ ਸਾਹਿਬ, ਮਾਝ ਕੋਲ ਇਸ ਟਾਈਮ ਕਿੰਨਾ ਕੁ ਦੁੱਧ ਹੈ? ਲਾਲ ਇਸ ਟਾਈਮ ਹਾਲਰ ਬੱਚੇ ਨੂੰ ਥਣ ਦੇ ਕੇ ਸਾਡੀ ਮਾਝ ਥੱਲੇ ਦੁੱਧ ਹੋਵੇ ਤਾਂ 16 ਕਿਲੋ ਜੀ, ਅਸੀਂ 15 ਕਿਲੋ ਦੀ ਗਰੰਟੀ ਦੇ ਰਿਹਾ। ਲੋ ਜੀ, ਹੋਵੇ ਤਾਂ 16 ਕਿਲੋ ਬਰਾਲ 15 ਕਿਲੋ ਦੀ ਗਰੰਟੀ ਹੋਵੇ ਜੀ, ਕੋਈ ਵੀ ਭਰਾ ਆਪਣਾ ਆਣ ਕੇ ਪੂਰਾ ਕਰ ਸਕਦਾ ਹੈ। ਲਾਲ ਲੇਕਿਨ ਮਾਝ ਜਿਸ ਟਾਈਮ ਟਾਈਮ ਤੇ ਆਉਂਦੀ ਹੈ ਨਾ ਜੀ, ਹਕੀਕਤ ਗੱਲ ਇਹਦੇ ਕੋਲ ਟਾਈਮ ਦਾ ਲਬਾਸ ਲੈ ਕੇ ਤੁਰਨ ਨਹੀਂ ਹੁੰਦਾ। ਕੀ ਬਾਤ ਹੈ ਜੀ, ਮਾਸ਼ਾਅੱਲਾ, ਜ਼ਿੰਦਾਬਾਦ ਗੁਜਰ ਸਾਹਿਬ। ਥਣ ਸੋਹਣਾ ਮਾਝ ਨੂੰ ਲੱਗੇ ਹੈ, ਪਾਵਰਫੁਲ ਥਣ ਹੋਵੇ ਨਾ ਤੇ ਚੁਆਈ ਜਿਹੜੀ ਹੈ ਥਣ ਨਾਲ ਸੋਹਣੀ ਹੋਵੇ ਜੀ, ਸੋਹਣੀ ਹੋਵੇ ਜੀ। ਬੱਚੇ ਤੇ ਜਾਣ ਦੀ ਕੋਈ ਬੱਚਾ ਵੇਖਣ ਦੇ ਮਾਝ ਨੂੰ। ਲੋ ਜੀ, ਮਗਰ ਕੱਟਾ ਮਾਝ ਦੇ ਤੇ 15 ਕਿਲੋ ਕੋਈ ਵੀ ਭਰਾ ਬਣਾਣ ਕੇ ਦੁੱਧ 16 ਹੋਵੇ ਨਾ ਲੇਕਿਨ 15 ਦੀ ਗਰੰਟੀ ਹੈ। ਠੀਕ ਹੋ ਗਿਆ ਜੀ, ਕਿਲੋ ਘੱਟ ਦੱਸਣਾ ਵੇ, ਕਿਸੇ ਦੇ ਘਰ ਜਾਏ ਜਾ ਕੇ ਵਧੇ ਕੱਟੇ ਨਾ। ਕੀ ਬਾਤ ਹੈ ਗੁਜਰ ਸਾਹਿਬ, ਕੀ ਮੁੱਲ ਹੈ ਮਾਝ ਨੰਬਰ 2 ਦਾ? ਮੁੱਲ ਤੇ ਕਰੀਏ ਤੇ ਇਹੋ ਜੀਆਂ ਦਾ 8-8.5-7 ਮੁੱਲ ਲੱਗੀ ਫਿਰਦਾ ਜੇ ਲੱਗਦੇ ਨੇ ਪੇ, ਲੇਕਿਨ ਜਿਹੜੇ ਭਰਾ ਨੂੰ ਪਸੰਦ ਆਈ ਨੇ ਝੋਟੀ, ਅੱਛਾ ਮੁੱਲ ਛੁੱਲ ਛੱਡ ਕੇ ਗੱਲ ਹੈ ਜੀ, 5 ਲੱਖ ਤੇ 75,000 ਦੀ ਮਾਝ ਨੰਬਰ 2 ਦੇ ਦੇਣਾ। ਜ਼ਰਾ ਮਾਝ ਇੱਕ ਵਾਰੀ ਭਰਾਵਾਂ ਨੂੰ ਤਸੱਲੀ ਨਾਲ ਵਹਾ ਸੇ ਭਾਈ ਜਾਨ, ਮਾਝ ਇੱਕ ਵਾਰੀ ਫੇਰ ਟੋਰੋ ਭਰਾਵਾਂ ਨੂੰ ਤਸੱਲੀ ਕਰਵਾਓ ਮਾਝ ਦੀ। 5,75,000 ਦੀ ਦੇਦਰ ਆਉਂਦੇ ਜਿਹੜੇ ਕਿਸੇ ਭਰਾ ਦੇ ਪਸੰਦ ਆ ਗਈ, ਚੰਗੀ ਪਸੰਦ ਆ ਗਈ। ਕੀ ਬਾਤ ਹੈ ਜੀ, ਮਾਸ਼ਾਅੱਲਾ, ਜ਼ਿੰਦਾਬਾਦ ਗੁਜਰ ਸਾਹਿਬ। ਅੱਗੇ ਲਿਆਓ ਜੀ ਮਾਝ ਨੰਬਰ 3। ਲਓ ਜੀ, ਮਾਝ ਨੰਬਰ ਅੱਗੇ ਆ ਗਈ ਜੀ 3। ਮਾਸ਼ਾਅੱਲਾ ਜੀ, ਗੁਜਰ ਸਾਹਿਬ ਕੀ ਸਵਾਲ ਆਇਆ ਮਾਝ ਨੇ? ਦੂਜਾ ਸੂਆ ਮਾਝ ਨੇ ਲਾਇਆ ਛਿੱਕੀ ਮੂੰਹ ਵਿੱਚੋਂ ਝੋਟੀ, ਦੂਸਰਾ ਸੂਆ ਮਾਝ ਨੇ ਲਾਇਆ ਮੂੰਹ ਚੂਹੇ 6 ਦੰਦ ਤੇ ਬਲਾਲ ਅੱਲਾ ਮੇਰੇ ਦੇ ਹੁਕਮ ਨਾਲ ਤਰੀਫਾਂ ਜਿੰਨੀਆਂ ਮਰਜ਼ੀ ਪੇ ਕਰੀਏ ਨਾ ਜੀ ਗੁਜਰ ਸਾਹਿਬ, ਇਨਸ਼ਾਅੱਲਾ ਤਾਲਾ ਦੇਸਾਂ ਦੀ ਰਾਣੀ ਹੋਵੇ। ਕੀ ਬਾਤ ਹੈ ਜੀ, ਮਾਸ਼ਾਅੱਲਾ। ਦੂਸਰਾ ਸਵਾਲ ਆਇਆ, ਤੂੰ ਕਿੰਨਿਆਂ ਦਿਨਾਂ ਦੀ ਸੂਈ? ਲਾਲ ਅੱਜ 7ਵਾਂ ਦਿਨ ਨੇ ਸੂਈ ਨੂੰ ਝੋਟੀ, 7ਵਾਂ ਦਿਨ ਨੇ ਸੂਈ ਨੂੰ, ਮਗਰ ਤੂੰ ਕੱਟਾ ਪਿੱਛੇ ਕੱਟਾਂਗਾ ਕੱਢੋ ਜੀ ਭਾਈ ਜਾਨ, ਮਾਈ ਟੋਰੋ ਭਰਾਵਾਂ ਨੂੰ ਤਸੱਲੀ ਨਾਲ ਇੱਕ ਵਾਰੀ ਵਹਾਓ, ਖੁੱਡਾ ਤੇ ਪੁੱਠਾ ਭਰਾਵਾਂ ਤਸੱਲੀ ਨਾਲ ਵੇਖ ਲੈਣਾ, ਅੱਡੀ ਕੱਲੀ ਹੋਵੇ ਜੀ ਮਾਝ ਦੀ, ਕੋਈ ਕਮੀ ਨੀ ਹੋਣ ਲੱਗੀ। ਜ਼ਿੰਦਾਬਾਦ ਗੁਜਰ ਸਾਹਿਬ, ਮਾਝ ਦੇ ਪੂਰੀ ਤਸੱਲੀ ਨਾਲ ਨਾ ਜੀ ਲਾਲ ਸਾਹਿਬ ਝੋਟੀ ਵਹਾ ਸਕਣੀ ਹੈ ਜੀ, ਝੋਟੀ ਲੈਣੇ ਦੇਣੇ ਨਸੀਬ ਨੇ, ਤਸੱਲੀ ਨਾਲ ਭਰਾਵਾਂ ਨੂੰ ਵਹਾਵਾਂਦੇ, ਝੋਟੀ ਦੀ ਸਿਰੀ, ਝੋਟੀ ਦਾ ਥਣ ਜੀ। ਕੀ ਬਾਤ ਹੈ ਜੀ, ਸਮਝ ਲਈ, ਮਾਸ਼ਾਅੱਲਾ, ਮੋਟ ਮੋਟ ਦਾ ਥਣ ਹੋਵੇ ਤਾਂ ਲੱਗੇ ਆ, ਮੋਟ ਮੋਟ ਦਾ ਥਣ ਬਲਾਲ, ਕਦੇ 15 ਸੂਏ ਵੀ ਸੂਏ ਨਾ ਜੀ, ਨਾ ਹੀ ਆ ਤੇ ਤੂੰ ਪੈਰ ਵੱਡਾ ਹੋਵੇ ਦਾ। ਕੀ ਬਾਤ ਹੈ ਜੀ, ਥਣ ਵੱਡਾ ਹੋਵੇ ਦਾ, ਮਾਸ਼ਾਅੱਲਾ। ਗੁਜਰ ਸਾਹਿਬ, 7 ਦਿਨਾਂ ਦੀ ਸੂਈ ਕੋਲ ਇਸ ਟਾਈਮ ਕਿੰਨਾ ਕੁ ਦੁੱਧ ਹੋਵੇਗਾ? ਇਸ ਟਾਈਮ ਵੀ ਜਿਹੜਾ ਭਰਾ ਸਾਡੇ ਕੋਲ ਆ ਜੇ, ਅਸੀਂ ਬੱਚੇ ਨੂੰ ਥਣ ਦੇ ਕੇ 17 ਕਿਲੋ ਦੁੱਧ ਪੂਰਾ ਕਰਾ ਸਕਦੇ ਹਾਂ। ਬੱਚੇ ਇੱਕ ਥਣ ਦੇ ਲੈਣਾ ਤੇ 17 ਕਿਲੋ ਕੋਈ ਵੀ ਭਰਾ ਅਪਣਾ ਕੇ ਪੂਰਾ ਕਰ ਸਕਦਾ।
ਮੱਝ ਵੇਖ ਲੈਣੀ ਹੈ, ਜੇ ਮੱਝ ਵਿੱਚ ਕੁਛ ਸ਼ੱਕ ਹੋਇਆ ਤੇ ਫੇਰ ਗੱਲ ਕਰਨੀ ਹੈ ਇਨਸ਼ਾਅੱਲਾ ਤਾਲਾ। ਬਿਲਾਲ ਭਾਈ ਜੀ ਯਾਦਗਿਰੀ ਵਾਲੀ ਚੀਜ਼ ਹੋਵੇਗੀ, ਕੀ ਬਾਤ ਹੈ ਜੀ ਮਾਸ਼ਾਅੱਲਾ। ਪਾਸੇ ਗਈ ਨਾ, ਅੱਛਾ ਇਨਸ਼ਾਅੱਲਾ ਤਾਲਾ ਤੇ ਕੋ 20-30 ਮੱਝਾਂ ਵਕਾਏ ਸਾਡੀਆਂ ਕਿ ਐਂ ਦੀ ਚੋ ਆਪਣਾ ਆਪ ਦੱਸੇ ਜੀ ਜਿੱਥੇ ਵੀ ਗਈ ਇਨਸ਼ਾਅੱਲਾ ਤਾਲਾ। ਬਿਲਾਲ ਗੁਜਰ ਸਾਹਿਬ ਜਿਕਣ ਇਹਦੇ ਲਿਬਾਸ ਤੇ ਵਹਿਨਾ ਨੇ ਨਾ ਗਾਵਾਂ ਦੇ ਹੁੰਦੀਆਂ ਨੇ, ਮੱਝਾਂ ਦੇ ਨੀ ਅੱਜ ਤਾਈਂ ਤੱਕੀਆਂ। ਅਲਹਮਦੁਲਿਲਾ ਅੱਲਾਹ ਪਾਕ ਖੈਰ ਕਰੇ, ਠੀਕ ਹੈ ਜੀ। ਤਾਰੀਫ ਇਹਨਾਂ ਦੀ ਕਿਹੜੀ, ਅੱਲਾਹ ਦੇ ਅੱਲਾਹ ਦੇ ਰਸੂਲ ਦੀ ਜੀ, ਇਹੀ ਗੱਲ ਹੈ। ਲੇਕਿਨ ਐਡੀ ਡਾਢੀ ਨਸਲ ਕਿਸੇ ਮਾਈ ਦੀ ਨਹੀਂ ਹੈ। ਕੀ ਬਾਤ ਹੈ ਮਾਸ਼ਾਅੱਲਾ ਗੁਜਰ ਸਾਹਿਬ, ਕੀ ਮੁੱਲ ਹੈ ਮਾਈ ਨੰਬਰ 3 ਦਾ? ਗੱਲ ਝੋਟੀ ਸਾਡੀ ਹੈ 12 ਲੱਖ ਰੁਪਏ ਦੀ। ਅੱਛਾ ਠੀਕ ਹੈ, ਪਰ ਜਿਹੜੇ ਭਰਾ ਨੂੰ ਪਸੰਦ ਆਈ ਨਾ ਜੀ ਗੁਜਰ ਸਾਹਿਬ, ਮੁੱਲ ਸ਼ੁੱਲ ਛੱਡ ਕੇ ਗੱਲ ਹੈ ਬਲਾਲ, ਠੀਕ ਹੈ। 6,85,000 ਦੀ ਆ ਹੀ ਹੈ ਨਾ ਵਾਲੀ ਗੱਲ ਹੋਵੇ, 6 ਲੱਖ ਤੇ 85,000 ਦੀ ਮਾਝ ਨੰਬਰ 3 ਦੇ ਦਰਾਂ ਦੇ ਜਿਹੜੇ ਵੀ ਕਿਸੇ ਭਰਾ ਦੇ ਪਸੰਦ ਆ ਗਈ ਆ ਹੀ ਹੈ ਨਾ। ਹਕੀਕਤ ਗੱਲ ਹੈ, ਹਕੀਕਤ ਬਾ ਖੁਦਾ ਗੱਲ ਹੈ, ਜਿਹੜਾ ਬੰਦਾ ਸੂਆ ਚੁੰਗ ਲੈ ਨਾ, ਅੱਛਾ ਬੇਸ਼ੱਕ ਅੱਜ 50,000 ਰੁਪਏ ਨਾ ਰੱਖ ਲੈ, 5 ਲੱਖ ਦੀ ਮੈਂ ਖੰਗੜ ਲੈ ਲਾਂਗਾ। ਕੀ ਬਾਤ ਹੈ ਜੀ ਮਾਸ਼ਾਅੱਲਾ, ਜ਼ਿੰਦਾਬਾਦ ਗੁਜਰ ਸਾਹਿਬ, ਲੈਣੇ ਦੇਣੇ ਨਸੀਬ ਨੇ ਮਾਝ ਸ਼ੱਕ ਹੋਣੀ ਐਂ ਪੁੱਤਰ ਪਿੱਛੇ ਗੜਨ ਨਾ ਛੋਟੀ ਮੱਝਾਂ ਦੇ ਗੁਜਰ ਸਾਹਿਬ ਰੋਜ਼ ਲੱਗਦੀਆਂ ਨੇ ਨਾ ਪੀਆਂ, ਲਾਲ ਮਾਝ ਦਾ ਪੁੱਤਰ ਹੋਵੇ ਦਾ ਇਨਸ਼ਾਅੱਲਾ ਤਾਲਾ। ਕੀ ਬਾਤ ਹੈ ਜੀ ਮਾਸ਼ਾਅੱਲਾ, ਅੱਗੇ ਲਿਆਓ ਜੀ ਮਾਝ ਨੰਬਰ 4। ਲਓ ਜੀ ਮਾਝ ਨੰਬਰ ਅੱਗੇ ਆ ਗਈ ਜੀ 4, ਮਾਸ਼ਾਅੱਲਾ ਜੀ। ਲਓ ਜੀ ਮਾਝ ਜ਼ਰਾ ਭਰਾਵਾਂ ਨੇ ਤਸੱਲੀ ਨਾਲ ਵੇਖ ਲੈਣੀ ਹੈ। ਗੁਜਰ ਸਾਹਿਬ ਕੀ ਸਵਾਲ ਆਇਆ ਇਸ ਮਾਝ ਨੇ? ਤੀਸਰਾ ਸੂਆ ਇਸ ਮਾਝ ਨੇ ਲਾਇਆ, ਮੁਸ਼ਕਣ ਮੱਝ ਹੋਵੇ ਦੀ ਤੇ ਮਗਰ ਕੱਟੀ ਵੀ ਆਪਣੇ ਆਣ ਦੀ ਮੁਸ਼ਕਣ ਹੋਵੇ। ਕੀ ਬਾਤ ਹੈ ਜੀ ਮਾਸ਼ਾਅੱਲਾ, ਐ ਬਸ ਦੋਹਾਂ ਮਾਵਾਂ ਧੀਆਂ ਦੇ ਪੂਛਲੀ ਚਾਰ ਚਾਰ ਵਾਲ ਆਏ ਨੇ ਚਿੱਟੇ, ਬਾਕੀ ਨਸ਼ ਕਾਲੀਆਂ ਬਣਦੀਆਂ। ਮੈਂ ਉਹ ਗੱਲ ਕਰਨਾ ਕਿ ਵੇਖਣਾ ਜੀ ਗੁਜਰ ਸਾਹਿਬ, ਅੱਲਾਹ ਪਾਕ ਖੈਰ ਕਰੇ, ਹੈਰ ਕਰੇ ਜੀ, ਹੈਰ ਹੋਣੀ ਚਾਹੀਦੀ। ਢੂੰਡਣ ਟੁਰਦੀ ਹੈ ਨਾ ਜੀ ਗੁਜਰ ਸਾਹਿਬ, ਸ਼ਹਿਰ ਹੀ ਅੱਗੇ ਆਉਂਦੀ ਨਹੀਂ ਆਉਂਦੀ, ਹਕੀਕਤ ਗੱਲ ਹੈ ਨਹੀਂ ਆਉਂਦੀ, ਇਹੀ ਗੱਲ ਹੈ। ਤੇ ਮੱਝ ਸੂਈ ਨੂੰ ਅੱਜ 8ਵਾਂ ਦਿਨ ਬਲਾਲ। ਅੱਛਾ 8ਵਾਂ ਦਿਨ ਹੈ ਮਾਝ ਨੂੰ ਸੂਈ ਨੂੰ, ਤੇ ਸੂਆ ਕੀ ਲਾਇਆ ਮਾਝ ਨੇ? ਮਾਝ ਨੇ ਬਲਾਲ 3ਜਾ ਸੂਆ ਲਾਇਆ ਤੇ ਮਾਝ ਦੀ ਲੰਬਾਈ ਵਹਾਣੀ ਹੈ, ਮਾਲ ਕੱਢੀ ਜਿੰਨੀ ਲੰਮੀ ਮਾਝ ਹੈ। ਕੀ ਬਾਤ ਹੈ ਜੀ ਮਾਸ਼ਾਅੱਲਾ, ਤੇ ਮਾਝ ਦਾ ਖੁੱਡਾ ਤੇ ਪੁੱਠਾ ਵੀ ਇੱਕ ਵਾਰੀ ਭਰਾਵਾਂ ਨੂੰ ਵਹਾਣਾ ਤੇ ਫਿਰ ਨੇੜੇ ਕਰਕੇ ਵਹਾਣਾ ਹੈ, 4 ਮੱਝਾਂ ਵਹਾਈਆਂ ਨੇ, ਕਿਸੇ ਨੂੰ 1 ਮਿੰਟ ਦਾ ਡੱਕਾ ਤੇ ਨਹੀਂ ਹੈ। ਕੀ ਬਾਤ ਹੈ ਜੀ ਮਾਸ਼ਾਅੱਲਾ, ਜ਼ਿੰਦਾਬਾਦ ਗੁਜਰ ਸਾਹਿਬ। ਬਲਾਲ ਦਾ ਤਸੱਲੀ ਕਰਾਣੀ ਹੈ ਭਰਾਵਾਂ ਨੂੰ, ਰੋਗ ਰੋਗ ਦਾ ਥਾਣਾ ਹੋਵੇ ਤਾਂ ਸੋਹਣਾ ਮਾਝ ਨੂੰ ਲੱਗੇ ਆ। ਮੈਂ ਕਹਿੰਦਾ ਬਲਾਲ ਜੀ, ਲੈਣੇ ਦੇਣੇ ਨਸੀਬ ਨੇ। ਚਵਾ ਗੁਜਰ ਸਾਹਿਬ ਕਿਸ ਤਰ੍ਹਾਂ ਦਾ ਮਾਝ ਦਾ? ਬਲਾਲ ਛੱਡ ਗੱਲ ਤੇ, ਕੀ ਬਾਤ ਹੈ ਜੀ ਮਾਸ਼ਾਅੱਲਾ ਜ਼ਿੰਦਾਬਾਦ। ਭੁੰਨੀ ਕੋਲੀ ਵੀ ਭਰਾਵਾਂ ਨੂੰ ਵਹਾ ਸਕਣੀ ਹੈ, ਵੱਖੀ ਵਹਾ ਸਕਣੀ ਜੀ, ਤਸੱਲੀ ਕਰ ਲੈਣੀ ਭਰਾਵਾਂ ਨੇ, ਬਾਕੀ ਗੱਲ ਬਾਅਦ ਦੀ ਹੈ, ਬਾਅਦ ਦੀ ਹੈ। ਮਗਰ ਮਾਝ ਦੇ ਕੱਟੀ ਹੈ, ਕਿੰਨਿਆਂ ਦਿਨਾਂ ਦੀ ਸੂਈ ਦੱਸੀਏ? ਅੱਜ 8ਵਾਂ ਡੰਗ ਹੈ ਮਾਝ ਸੂਈ, ਅੱਜ 8ਵਾਂ ਦਿਨ ਹੈ ਮਾਝ ਨੂੰ ਸੂਈ ਨੂੰ, ਤੇ ਇਸ ਟਾਈਮ ਮਾਝ ਕੋਲੇ ਕਿੰਨਾ ਕੁ ਦੁੱਧ ਹੈ? ਬਲਾਲ ਇਸ ਟਾਈਮ ਹਾਜ਼ਰ ਜਿਹੜਾ ਦੁੱਧ ਹੈ ਨਾ ਮਾਝ ਕੋਲ ਜੀ, ਥਣ ਕੱਟੀ ਨੂੰ ਦੇ ਕੇ 8 ਕਿਲੋ ਟਾਈਮ ਦਾ ਹੋਵੇ ਦਾ ਦੁੱਧ, ਐਡੀ ਮੱਝ ਹੋ ਕੇ ਧੁੰਨੀ ਕੋਲੀ ਦਾ ਬਸ ਇਨਸ਼ਾਨ ਹੋਵੇ ਦਾ। ਮੈਂ ਕਹਿੰਦਾ ਬਲਾਲ ਮੱਝਾਂ ਦੇ ਬੱਚੇ ਨੇ, ਠੀਕ ਹੈ ਨਾ ਜੀ, ਉਹੀ ਤੇ ਫਿਰ ਜਿੱਕਣ ਦਿਲੇ ਪਏ ਗੱਲਾਂ ਕਰੀਏ ਨਾ ਜੀ ਗੁਜਰ ਸਾਹਿਬ, ਮੱਝ ਸਮਝ ਨਹੀਂ, ਬੜੀ ਦੂਰ ਜਾ ਕੰਮ ਹੈ। ਕੀ ਬਾਤ ਹੈ ਜੀ ਮਾਸ਼ਾਅੱਲਾ, ਜ਼ਿੰਦਾਬਾਦ ਗੁਜਰ ਸਾਹਿਬ। ਬਲਾਲ ਹੀਰੇ ਹੋਣ ਦੇ ਹੀਰੇ, ਜ਼ਿੰਦਾਬਾਦ ਜੀ, ਠੀਕ ਹੈ ਇਨਸ਼ਾਅੱਲਾ ਤਾਲਾ। ਜਦੋਂ ਵੀ ਜਿਹੜੀ ਵੀ ਸ਼ਾਇ ਚਾੜੀ ਹੈ ਨਾ, ਅਨਮੋਲ ਜੀ ਚਾੜੀ ਜੀ, ਅਨਮੋਲ ਤੇ ਬ੍ਰਾਂਡ ਬ੍ਰਾਂਡ ਹੋਣ ਦੀ ਅੱਲਾ ਮੇਰੇ ਦੇ ਹੁਕਮ ਨਾਲ। ਬਲਾਲ ਆ ਜਿਹੜੀਆਂ ਆਮ ਮੱਝਾਂ ਨੇ ਨਾ ਜੀ, ਉਹਨੂੰ ਤਾਂ ਮੇਰੀ ਮਾਝ ਆਪਣੇ ਲਿਬਾਸ ਹੀ ਲੈ ਖਲੋ ਜਾਂਦੀ। ਕੀ ਬਾਤ ਹੈ ਜੀ ਮਾਸ਼ਾਅੱਲਾ ਗੁਜਰ ਸਾਹਿਬ, ਕੀ ਮੁੱਲ ਹੈ ਮਾਝ ਨੰਬਰ 4 ਦਾ? ਟ੍ਰੈਂਡ ਚੱਲੇ ਆ ਡੱਕੇ ਦਾ, ਤੇਲ ਤੁੰਬੇ ਦਾ, ਜੇ ਡੱਕਾ ਲਾਇਆ ਹੋਵੇ ਤੇ ਬੁਲਾ ਲੈ ਤੇ ਕੋਈ ਇੱਕ ਪੈਰ ਵੀ ਨਾ ਪੱਟਣ ਹੋਵੇ, ਪੈਰ ਵੀ ਨਾ ਪੱਟਣ ਹੋਵੇ ਤੇ ਜੁੱਸਾ ਵੀ ਐਂ ਚਮਕ ਮਾਰਦਾ ਹੋਵੇ, ਆਈਏ ਨਾ ਕੋ ਤੇਲ ਮਾਰਿਆ ਨਾ ਕੋ ਨਵਾਲੀਏ ਤੇ ਫੇਰ ਵੀ ਚਮਕਦੀ ਪਈਏ। ਲਾਲ ਅੱਲਾ ਮੇਰੇ ਦੇ ਹੁਕਮ ਨਾਲ ਮੱਝ ਦਾ ਬੱਚਾ ਹੋਵੇ ਦਾ, ਪਰ ਸਿੰਗੀ ਮਾਈ ਦੀ ਵਹਾਣੀ ਹੈ ਸਿਰੀ। ਕੀ ਬਾਤ ਹੈ ਵਹਾਣੀ ਮਾਈ ਖਲੋਣ ਦੇ ਮਾਸ਼ਾਅੱਲਾ, ਅੱਗੂ ਇੰਜੇ ਹੀ ਹੈ ਜੋ 1.5 ਸਾਲ ਦੀ ਕੱਟੀ ਖਲੀ ਜੀ, ਇੰਜੀ
ਤੇ ਪਿੱਛੇ ਇੰਜ ਅੱਲਾ ਦੇ ਹੁਕਮ ਨਾਲ ਬੇੜਾ ਬੇੜਾ ਕੀ ਬਾਤ ਹੈ ਜੀ ਮਾਸ਼ਾਅੱਲਾ ਕੀ ਮੁੱਲ ਆਇਆ ਗੁਜਰ ਸਾਹਿਬ ਬਲਾਲ ਮੁੱਲ ਤੇ ਲਾਈਏ ਤੇ ਮਾਝ ਦਾ ਬਣਦਾ 15 ਲੱਖ ਰੁਪਈਆ ਜਿਸ ਤਰ੍ਹਾਂ ਦੀ ਸਾਡੀ ਮਾਝ ਅੱਛਾ ਬਸ ਥੋੜੀਆਂ ਮਾਝਾਂ ਦੇ ਲੈਣ ਦੇਣ ਵਾਲੀ ਗੱਲ ਹੈ ਜੀ ਜਿਹੜੇ ਭਰਾ ਨੂੰ ਬਲਾਲ ਪਸੰਦ ਆ ਗਈ ਨੇ ਚੰਗੀ ਅੱਛਾ 8 ਲੱਖ 50 ਹਜ਼ਾਰ ਦੀ ਛੋਟੀ ਦੇ 8 ਲੱਖ ਤੇ 50 ਹਜ਼ਾਰ ਦੀ ਮਾਝ ਦੇ ਦਰਾਂ ਦੇ ਜਿਹੜੇ ਕਿਸੇ ਭਰਾ ਦੇ ਪਸੰਦ ਆ ਗਈ ਇਸ ਮਾਝ ਨੂੰ ਇੱਕ ਵਾਰੀ ਪੈੜੇ ਦੇ ਬੰਨ ਦਰੋ ਇੱਥੇ ਪੈੜਾ ਪਾ ਦੇ ਪੁੱਤ ਇੱਥੇ ਭਰਾ ਇੱਕ ਵਾਰੀ ਤਸੱਲੀ ਨਾਲ ਵੇਖ ਲੈਣ ਲੋ ਜੀ ਮਾਝ ਇੱਕ ਵਾਰੀ ਭਰਾਵਾਂ ਫਿਰ ਤਸੱਲੀ ਨਾਲ ਵੇਖ ਲੈਣੀ ਗੁਜਰ ਸਾਹਿਬ ਕੀ ਮੁੱਲ ਆਇਆ 8 ਲੱਖ ਤੇ 50 ਹਜ਼ਾਰ 50 ਹਜ਼ਾਰ ਰੁਪਿਆ ਠੀਕ ਹੋ ਗਿਆ ਜੀ ਠੀਕ ਹੈ ਮਾਝ ਵੀ ਵੇਖ ਲੈਣੀ ਹੈ ਮਾਝ ਦਾ ਮੁੱਲ ਵੀ ਵੇਖ ਲੈਣਾ ਜ਼ਿੰਦਾਬਾਦ ਜੀ ਮਾਸ਼ਾਅੱਲਾ ਜੀ ਬਹੁਤ ਇਹੀ ਗੱਲ ਹੈ ਅੱਲਾ ਮੇਰੇ ਦੇ ਹੁਕਮ ਨਾਲ ਰਜਣਾ ਹੁੰਦਾ ਸਾਵਾਂ ਨਾਲ ਜੀ ਸਾਵਾਂ ਨਾਲ ਪੈਸਿਆਂ ਨਾਲ ਤੇ ਅੱਜ ਤਾਈਂ ਕੋਈ ਬੰਦਾ ਰਜੇ ਜੀ ਕੋਈ ਵੀ ਨਹੀਂ ਰਜਿਆ ਠੀਕ ਹੋ ਗਿਆ ਜੀ ਅੱਲਾ ਪਾਕ ਖੈਰ ਕਰੇ ਜੀ ਖੈਰ ਹੋਣੀ ਚਾਹੀਦੀ ਲੋ ਜੀ ਅੱਲਾ ਪਾਕ ਮੁਲਕੇ ਪਾਕਿਸਤਾਨ ਨੂੰ ਆਪਣੇ ਜ਼ਿਮਾਨ ਚ ਰੱਖੇ ਰਹਿੰਦੀ ਦੁਨੀਆ ਤੱਕ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਮਿਲਾਂਗੇ ਇਸੇ ਵੀਡੀਓ ਦੇ ਨਾਲ ਦਿਓ ਜੀ ਰੱਬ ਰੱਖ ਅੱਲਾ ਸੁਣਨ ਦੇ ਵਾਲੇ ਨਾਰੇ ਦੀ ਆਵਾਜ਼ ਆਵੇ ਤਾਜਦਾਰੇ ਹਤਮੇ ਨਬੂਵਤ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ।